ਸਮਾਜ ਸੇਵਾ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਅਤੇ ਮੈਂ ਮਨਜਿੰਦਰ ਸਿੰਘ ਕੰਗ। ਆਪ ਸਭ ਨੂੰ ਪਤਾ ਹੈ ਕਿ ਸਰਪੰਚੀ ਦੀ ਇਲੈਕਸ਼ਨ ਬਿਲਕੁਲ ਸਿਖਰਾਂ 'ਤੇ ਚੱਲ ਰਹੀ ਆ। ਹਰ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ ਅਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਤਰਸਿੱਕਾ। ਇੱਥੋਂ ਦੇ ਸਰਦਾਰ ਬਲਵਿੰਦਰ ਸਿੰਘ ਜੋ ਕਾਂਗਰਸ ਵੱਲੋਂ ਕੈਂਡੀਡੇਟ ਆ ਅਤੇ ਅੱਜ ਤੁਹਾਡੀ ਉਹਨਾਂ ਨਾਲ ਕਰਾਉਂਦੇ ਹਾਂ ਗੱਲਬਾਤ, ਕਿਉਂਕਿ ਹਰ ਇੱਕ ਬੰਦੇ ਦਾ ਕੋਈ ਸਪਨਾ, ਕੋਈ ਏਮ, ਕੋਈ ਮੁੱਦਾ ਹੁੰਦਾ ਚੋਣ ਲੜਨ ਵਾਸਤੇ, ਅਤੇ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਆ ਸਰਦਾਰ ਬਲਵਿੰਦਰ ਸਿੰਘ ਨਾਲ ਅੱਜ ਦੇ ਸਾਹਮਣੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਜੀ, ਹਰ ਇੱਕ ਬੰਦੇ ਦਾ ਕੋਈ ਸਪਨਾ ਹੁੰਦਾ, ਕੋਈ ਏਮ ਹੁੰਦਾ, ਕੋਈ ਮੁੱਦਾ ਹੁੰਦਾ ਚੋਣ ਲੜਨ ਵਾਸਤੇ, ਕਿਹੜੇ ਕਿਹੜੇ ਮੁੱਦਿਆਂ ਦੇ ਆਧਾਰ 'ਤੇ ਚੋਣ ਲੜ ਰਹੇ? ਮੇਰਾ ਮੁੱਦਾ ਜੀ, ਵੇਖੋ, ਮੈਂ ਤਾਂ ਪਹਿਲਾਂ ਆਮ ਪਾਰਟੀ ਦੇ ਸੱਚਾਈ ਵਾਸਤੇ ਚੱਲਿਆ ਸੀਗਾ। ਆਮ ਪਾਰਟੀ ਚੱਲੀ ਅਸੀਂ ਤਾਂ ਪਹਿਲਾਂ, ਮੈਂ ਆਰਮੀ 'ਚੋਂ ਰਿਟਾਇਰ ਹਾਂ, ਇੱਕ ਸਰਵਿਸਮੈਨ ਹਾਂ। ਆਮ ਪਾਰਟੀ ਆਈ, ਚਲੋ ਸਾਨੂੰ ਅਰਵਿੰਦ ਕੇਜਰੀਵਾਲ ਜੀ ਦਾ ਵਧੀਆ ਉਹਨਾਂ ਦੇ ਸੁਝਾਉ ਲੱਗੇ, ਅਸੀਂ ਉਹਨਾਂ ਨਾਲ ਚੱਲੇ, ਪਾਰਟੀ ਮਜ਼ਬੂਤ ਕੀਤੀ ਕਿ ਚੰਗੀ ਸਕੂਲਾਂ ਦੇ ਵਿੱਚ ਸਿੱਖਿਆ ਲੋਕਾਂ ਨੂੰ ਮਿਲੇ, ਚੰਗੇ ਹੋਸਪਿਟਲਾਂ ਦੇ ਵਿੱਚ ਸਾਡੇ ਜਿਹੜੇ ਮਤਲਬ ਕਿ ਵੀ ਬੱਚਿਆਂ ਨੂੰ ਜਾਂ ਸਾਡੇ ਬਜ਼ੁਰਗਾਂ ਨੂੰ ਸਹੂਲਤਾਂ ਦਿੱਤੀਆਂ ਜਾਣ। ਉਹ ਜਿਹੜੇ ਕਿ ਮਤਲਬ ਕਿ ਵੀ ਉਹ ਪੰਜਾਬ ਸਰਕਾਰ ਜਿਹੜੀ ਨਹੀਂ ਹੀ ਕਰ ਰਹੀ, ਜਾਂ ਸੈਂਟਰ ਸਰਕਾਰ ਵੱਲੋਂ ਕਮੀਆਂ ਹੀ ਕੁਛ, ਅਰਵਿੰਦ ਕੇਜਰੀਵਾਲ ਜੀ ਉਹਨਾਂ ਨੇ ਅੱਜ ਦਿੱਲੀ ਦਾ ਵੇਖੋ ਕਿੱਡਾ ਸੁਧਾਰ ਕੀਤਾ ਵਾ। ਆਪਾਂ ਸਾਰਿਆਂ ਨੂੰ ਪਤਾ ਵੀ ਬਹੁਤ ਉਹਨਾਂ ਨੇ ਦਿੱਲੀ ਦਾ ਸੁਧਾਰ ਕੀਤਾ। ਜਿਹੜੇ ਸਰਕਾਰੀ ਸਕੂਲ ਆ ਉਹ ਵੀ ਮਤਲਬ ਕਿ ਵੀ ਇੰਗਲਿਸ਼ ਸਕੂਲਾਂ ਨਾਲੋਂ, CBSE ਨਾਲੋਂ ਕਿਤੇ ਅੱਗੇ ਆ। ਅਤੇ ਸਾਡੀ ਇੱਕ ਸੋਚ ਇਹੋ ਜਿਹੀ ਚੱਲੀ ਸੀ ਕਿ ਸਾਰੇ ਅਸੀਂ ਕਾਫੀ ਮੈਂਬਰ ਸੀਗੇ ਵੀ ਚਲੋ ਜੀ ਅਰਵਿੰਦ ਕੇਜਰੀਵਾਲ ਦੀ ਸੋਚ, ਉਹਨਾਂ ਦੀ ਸੋਚ 'ਤੇ ਪਹਿਰਾ ਦਈਏ। ਪਰ ਚਲੋ ਕੁਛ ਕਾਰਨ ਇਹੋ ਜਿਹੇ ਹੋ ਚੁੱਕੇ ਵੀ ਜਿਹਦਾ ਕਰਕੇ ਸਾਨੂੰ ਉਹ ਪਾਰਟੀ ਛੱਡਣੀ ਪਈ, ਕਿਉਂਕਿ ਕਈ ਅਕਾਲੀ ਕਈ ਕਾਂਗਰਸੀ ਜਿਹੜੇ ਸੀ ਉਹਦੇ ਵਿੱਚ ਆ ਲੱਗੇ, ਅਤੇ ਫਿਰ ਉਹ ਮਨ ਖੱਟਾ ਹੋ ਗਿਆ ਕਿ ਜੇ ਉਹ ਹੀ ਅਕਾਲੀ ਕਾਂਗਰਸੀ ਨਾਲ ਲੈਣੀ ਹੈ ਤਾਂ ਫਿਰ ਤਾਂ ਸਾਡਾ ਮਤਲਬ ਕੋਈ ਰਹਿ ਹੀ ਨਹੀਂ ਗਿਆ ਮੌਜੂਦ। ਚਲੋ ਅਸੀਂ ਪਾਰਟੀ ਛੱਡ ਦਿੱਤੀ ਹੈ। ਸਾਡੇ ਲੀਡਰ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਡੈਨੀ, ਉਹ ਫਿਰ ਸਾਡੇ ਕੋਲ ਆਏ, ਕਹਿੰਦੇ ਵੀ ਤੁਸੀਂ ਸਾਡੇ ਨਾਲ ਚੱਲੋ। ਅਸੀਂ ਆਖਿਆ ਜੀ ਅਸੀਂ ਤਾਂ ਇੱਕ ਕ੍ਰਾਂਤੀਕਾਰੀ ਬੰਦੇ ਹਾਂ ਲੋਕਾਂ ਦੀ ਲੋਕ ਭਲਾਈ ਵਾਸਤੇ, ਅਤੇ ਉਹਨਾਂ ਦਾ ਮਤਲਬ ਕਹਿਣਾ ਹੈ ਕਿ ਜੇ ਤੁਸੀਂ ਸਾਡੇ ਨਾਲ ਚੱਲੋਗੇ, ਅਸੀਂ ਜਵਾਬ ਦੇ ਦਿੱਤਾ ਵੀ ਅਸੀਂ ਤੁਹਾਡੇ ਨਾਲ ਕਾਂਗਰਸ ਨਾਲ ਚੱਲ ਨਹੀਂ ਸਕਦੇ। ਅਤੇ ਪਹਿਲਾਂ ਵੀ ਸਾਡਾ ਖਾਨਦਾਨੀ ਖੂਨ ਜਿੰਨਾ ਸਾਰਾ ਕਾਂਗਰਸੀ ਆ, ਪੁਰਾਣੇ ਜਿੰਨੇ ਸਾਡੇ ਬ੍ਰਦਰ ਸਾਡੇ ਜਾਂ ਫਾਦਰ ਸਾਹਿਬ ਜੋ ਸੀਗੇ ਉਹ ਸਾਰੇ ਕਾਂਗਰਸ ਨੂੰ ਵੋਟ ਪਾਉਂਦੇ ਸੀਗੇ। ਅਤੇ ਚਲੋ ਉਦੋਂ ਇੱਕ ਲੋਕ ਭਲਾਈ ਵਾਸਤੇ ਵੀ ਪਿੰਡਾਂ ਦੇ ਵਿੱਚ ਅੱਜ ਕੱਲ੍ਹ ਸਕੂਲਾਂ ਦੀ ਸਿੱਖਿਆ ਤੁਸੀਂ ਵੇਖਿਆ ਕਿੱਦਾਂ ਦੀ ਹੋ ਚੁੱਕੀ ਆ, ਬੜੇ ਬੁਰੇ ਹਾਲਾਤ ਆ। ਆਪ ਇਹਨਾਂ ਦੇ ਸਰਕਾਰੀ ਟੀਚਰਾਂ ਦੇ ਵੇਖੋ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ ਆ। ਸਾਨੂੰ ਦੁੱਖ ਆਉਂਦਾ ਕਿ ਵੇਖੋ ਜੇ ਸਾਡੇ ਕੋਈ ਗਰੀਬ ਜਨਤਾ ਸਕੂਲਾਂ ਵਿੱਚ ਪੜ੍ਹਦੇ ਤਾਂ ਟੀਚਰ ਨਹੀਂ ਪੜ੍ਹਾ ਕੇ ਖੁਸ਼ ਇਹਨਾਂ ਨੂੰ। ਮੇਰੇ ਇੱਕ ਇਹ ਮੁੱਦੇ ਇਸ ਲਈ ਮੈਂ ਲੜਨਾ ਚਾਹੁੰਦਾ ਕਿ ਚਲੋ ਜੇਕਰ ਇੱਕ ਵੇਖੋ ਪਿੰਡ ਦਾ ਸਰਪੰਚ ਜਿਹੜਾ ਉਹ ਚਾਹੇ ਅਹੁਦੇਦਾਰ ਲਾ ਲਓ ਚਾਹੇ ਜਨਤਾ ਦਾ ਸੇਵਕ ਲਾ ਲਓ, ਕਿਉਂਕਿ ਉਹਦਾ ਫਰਜ਼ ਬਣਦਾ ਕਿ ਜਨਤਾ ਦਾ ਸੇਵਕ, ਪਰ ਜਦੋਂ ਇਹ ਲੀਡਰ ਬਣ ਜਾਂਦੇ ਆ, ਸਰਪੰਚ ਬਣ ਜਾਂਦੇ ਆ, ਤਾਂ ਫਿਰ ਇਹ ਜਿਹੜੀਆਂ ਕੀਤੇ ਹੋਏ ਵਾਅਦੇ ਉਹ ਭੁੱਲ ਜਾਂਦੇ ਆ। ਅਤੇ ਮੈਂ ਜਦੋਂ ਆਮ ਪਾਰਟੀ ਦੇ ਵਿੱਚੋਂ ਕਾਂਗਰਸ 'ਚ ਆਇਆ ਸੀਗਾ, ਸਰਦਾਰ ਸੁਖਵਿੰਦਰ ਸਿੰਘ ਜੀ ਡੈਨੀ ਸਾਹਿਬ ਸਾਡੇ ਬਣੇ ਆ, ਉਦੋਂ ਹੋਸਪਿਟਲਾਂ ਦੇ ਵਿੱਚ, ਸਕੂਲਾਂ ਦੇ ਵਿੱਚ, ਬਲਾਕਾਂ ਦੇ ਵਿੱਚ, ਥਾਣਿਆਂ ਦੇ ਵਿੱਚ ਜਾ ਕੇ ਵੇਖੋ ਕਰਪਸ਼ਨ ਰੋਕੀ, ਮੈਂ ਤਕੜੇ ਹੋ ਕੇ ਰੋਕੀ। ਚਲੋ ਮੈਨੂੰ ਇਹ ਹੀ, ਚਲੋ ਸਰਕਾਰ ਦੀਆਂ ਮਜਬੂਰੀਆਂ, MLA ਸਾਹਿਬ ਨੇ ਮਜਬੂਰੀਆਂ, ਮੈਂ ਨਹੀਂ ਕਹਿ ਸਕਦਾ ਵੀ ਕੀ ਉਹਨਾਂ ਦੇ ਮਜਬੂਰੀਆਂ, ਸਾਡੇ ਤੋਂ ਉਹਨਾਂ ਨੇ ਪੂਰਾ ਹੱਥ ਨਹੀਂ ਰੱਖਿਆ। ਮੇਰੇ ਕੋਲ ਆਪਣੀ ਪਾਵਰ ਨਹੀਂ, ਪਾਵਰ ਹੁੰਦੀ ਤਾਂ ਫਿਰ ਜਦੋਂ ਕੋਈ ਪੁੱਛਣ ਲੱਗੇ ਕਿ ਭਾਈ ਤੇਰੇ ਕੋਲ ਕੀ, ਤੇਰੇ ਕੋਲ ਅਥੋਰਟੀ ਕੀ, ਲੈਟਰ ਹੈ ਤੇਰੇ ਕੋਲ, ਕੀ ਸਰਕਾਰੀ ਆ ਜਿਹੜਾ ਤੇਰੇ ਕੋਲ ਅਹੁਦਾ ਮਿਲਿਆ, ਕਿਹਦੇ ਆਧਾਰ 'ਤੇ ਆਉਣਾ, ਫਿਰ ਮੈਂ ਥੋੜ੍ਹਾ ਜਿਹਾ ਪਿੱਛੇ ਹਟ ਗਿਆ। ਅੱਜ ਮੇਰੇ ਮਨ 'ਚ ਚਾਹਤ ਆ ਕਿ ਜੇਕਰ ਮੈਂ ਸਰਪੰਚ ਬਣੂੰਗਾ ਅਤੇ ਮੇਰੇ ਕੋਲ ਪਿੰਡ ਦੀ ਸਪੋਰਟ ਹੋਊਗੀ, ਅਤੇ ਇਹ ਜਿਹੜੇ ਸਕੂਲ, ਹਸਪਤਾਲ, ਥਾਣੇ, ਇਹਨਾਂ ਦਾ ਕਰਪਸ਼ਨ ਰੋਕਣਾ ਇੱਕ ਸਰਪੰਚ ਦੇ ਹੱਥ ਹੁੰਦਾ।
ਕਿਉਂਕਿ ਉਹਨੂੰ ਸਰਪੰਚ ਨੂੰ ਪਿੰਡ ਸਾਰਾ ਨੁਮਾਇੰਦਾ ਚੁਣਦਾ, ਉਹਨੂੰ ਆਪਣਾ ਸੇਵਾਦਾਰ ਚੁਣਦਾ, ਅਹੁਦੇਦਾਰ ਚੁਣਿਆ ਜਾਂਦਾ ਉਹਨੂੰ। ਅਤੇ ਫਿਰ ਉਹਦੇ ਸਰਪੰਚ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਕਿ ਸਾਡੇ ਪਿੰਡ ਦੇ ਸਕੂਲਾਂ ਦਾ ਕੀ ਹਾਲਾਤ ਆ, ਸਾਡੇ ਗਲੀਆਂ ਨਾਲੀਆਂ ਦੇ ਕੀ ਹਾਲਾਤ ਆ, ਸਾਡੇ ਪਿੰਡ ਦੀ ਸਮੱਸਿਆ ਕੀ ਆ। ਕਿਉਂਕਿ ਵੇਖੋ, ਜਦੋਂ ਅੱਜ ਕੋਈ ਪ੍ਰੋਬਲਮ ਆਉਂਦੀ ਆ ਕਿਸੇ ਗਰੀਬ ਬੰਦੇ 'ਤੇ, ਕੋਈ ਨਹੀਂ ਸੁਣਦਾ, ਉਹ ਸਰਪੰਚ ਉਹਦੇ ਘਰ ਤੱਕ ਨਹੀਂ ਜਾਂਦੇ ਵੀ ਭਾਈ ਤੁਹਾਨੂੰ ਕੀ ਗੱਲ ਹੋਈ। ਇੱਕ ਸਰਪੰਚ ਦੀ ਜੀ ਚਾਹੇ ਤਾਂ ਕਿਸੇ ਗਰੀਬ ਦੀ ਮਦਦ ਕਰਨੀ ਹੋਵੇ, ਉਹ 100-100 ਰੁਪਈਆ 50-50 ਇਕੱਠੇ ਕਰਕੇ ਵੀ ਕਿਸੇ ਗਰੀਬ ਦੀ ਮਦਦ ਕਰ ਸਕਦੇ ਆ। ਅੱਜ ਕੋਠੇ ਲੋਕਾਂ ਦੇ ਡਿੱਗ ਪਏ, ਮੀਂਹ ਪੈ ਗਏ, ਪਰ ਕਿਸੇ ਨੇ ਮਦਦ ਨਹੀਂ ਕੀਤੀ। ਚਲੋ ਅਸੀਂ, ਇਹ ਸਾਡੇ ਸਰਦਾਰ ਰੁਲਦਾ ਸਿੰਘ ਜੀ ਰਿਟਾਇਰ ਆਰਮੀ 'ਚੋਂ ਵੀ, ਅਸੀਂ ਇਕੱਠੇ ਹੋ ਕੇ ਫੌਜੀ ਚੱਲ ਕੇ ਅਸੀਂ ਲੋਕਾਂ ਦੀ ਮਦਦ ਕਰਦੇ ਹਾਂਗੇ। ਅੱਜ ਵੀ ਲੋਕਾਂ ਦੀ ਮਦਦ ਵਾਸਤੇ ਮੇਰੇ ਮਨ 'ਚ ਆਈ ਵੀ ਜੇਕਰ ਇਹ ਕੰਮ ਨਾ ਕੀਤਾ ਗਿਆ ਤਾਂ ਜੇ ਕੋਈ ਸਰਪੰਚ, ਚਲੋ ਮੇਰੇ ਨੂੰ ਬਹੁਤ ਸੂਝਵਾਨ ਆ ਸਰਪੰਚ, ਮੈਂ ਤਾਂ ਕੁਛ ਨਹੀਂ, ਦੁਨੀਆ ਬੜੀ ਬੜੀ ਬੁੱਧੀਮਾਨ ਆ, ਮੈਨੂੰ ਉਹਨਾਂ ਦਾ ਨਹੀਂ ਪਤਾ ਵੀ ਉਹਨਾਂ ਦੇ ਦਿਮਾਗ 'ਚ ਕੀ ਆ, ਪਰ ਮੇਰੇ ਖਿਆਲ ਕਿ ਜੇ ਮੈਂ ਜਨਤਾ ਸੇਵਾ ਦਾ ਮੌਕਾ ਦਊਗੀ ਤਾਂ ਮੈਂ ਹੋਸਪਿਟਲ, ਬਲਾਕਾਂ, ਤਹਿਸੀਲ, ਇਹਨਾਂ ਚੀਜ਼ਾਂ ਨੂੰ ਜਿਹੜਾ ਵਾ ਮਤਲਬ ਕਿ ਵੀ ਰੋਕਥਾਮ ਕਰਕੇ ਜਿਹੜੀ ਜਨਤਾ ਨੂੰ ਭਲਾਈ ਵਾਸਤੇ ਕੰਮ ਕਰੂੰਗਾ ਵੀ ਜਿਹੜੇ ਲੋਕਾਂ ਨੂੰ ਇਹ ਗਰੀਬੀ ਦੀ ਰਾਹਤ ਮਿਲ ਸਕੇ। ਆਪ ਜੀ ਦੇ ਜੇ ਪਿੰਡ ਦੀ ਗੱਲ ਕਰੀਏ, ਆਪ ਜੀ ਦੇ ਪਿੰਡ ਵਿੱਚ ਕੋਈ ਲਾਇਬ੍ਰੇਰੀ, ਡਿਸਪੈਂਸਰੀ, ਕੋਈ ਪਸ਼ੂਆਂ ਦਾ ਹਸਪਤਾਲ? ਪਸ਼ੂਆਂ ਦੇ ਹੋਸਪਿਟਲ ਵੀ ਹੈਗੇ ਆ, ਪਰ ਉੱਥੇ ਕਮੀ ਕੁਛ ਇਹ ਆ ਜਾਂਦੀ ਆ ਕਿ ਜਦੋਂ ਸਰਕਾਰ ਸਾਡੀ ਕਾਂਗਰਸ ਦੀ ਆਈ ਅਤੇ ਅਸੀਂ ਡਿਸਪੈਂਸਰੀ ਵਾਲੇ ਡਾਕਟਰ ਸਾਹਿਬ ਕੋਲ ਪਹੁੰਚੇ ਵੀ ਡਾਕਟਰ ਸਾਹਿਬ ਆਪਣੀ ਡਿਊਟੀ 'ਤੇ ਆਓ, ਉਹ ਕਹਿੰਦੇ ਕਿ ਮੇਰੀ ਤਾਂ ਡਿਊਟੀ ਡੇਲੀ ਦੀ ਆ, ਮੈਂ ਤਾਂ ਡਿਊਟੀ 'ਤੇ ਆਉਣਾ ਵਾਂ, ਪਰ ਗੱਲ ਇਹ ਮੁੱਕਦੀ ਆ ਕਿ ਲੋਕ ਵੀ ਜਿਹੜੇ ਆ ਪਸ਼ੂ ਲੈ ਕੇ ਸਾਡੇ ਕੋਲ ਹੋਸਪਿਟਲਾਂ ਦੇ ਵਿੱਚ ਨਹੀਂ ਆਉਂਦੇ ਉੱਥੇ। ਚਲੋ ਅਸੀਂ ਲੋਕਾਂ ਨੂੰ ਵੀ ਫਰਿਆਦ ਕੀਤੀ ਕਿ ਵੇਖੋ ਤੁਹਾਡਾ ਵਾ, ਤੁਸੀਂ ਆਓ ਉੱਥੇ ਪਸ਼ੂ ਲੈ ਕੇ ਆਓ। ਚਲੋ ਲੋਕਾਂ ਨੂੰ ਅੱਜ ਕੱਲ੍ਹ ਵੀ 100 ਰੁਪਈਆ ਦਿੱਤਾ ਘਰੇ, ਡਾਕਟਰ ਟੀਕਾ ਲਾ ਗਿਆ, ਕਿਹੜਾ ਪਸ਼ੂ ਲੈ ਕੇ ਉੱਥੇ ਜਾਊਗਾ। ਇਹ ਕਰਕੇ ਫਿਰ ਉਹਨਾਂ ਦੇ ਨਹੀਂ ਜੀਤਾ। ਅਤੇ ਜਿਹੜੇ ਹੋਸਪਿਟਲ ਦੀ ਗੱਲ ਕਰਦੇ ਤੁਸੀਂ, ਹੋਸਪਿਟਲ ਦੇ ਸਾਡੇ ਇਹੋ ਜਿਹੇ ਮਾੜੇ ਹਾਲਾਤ ਆ ਵੀ 8 ਡਾਕਟਰ ਸਾਡੇ ਤਰਸਿੱਕੇ ਦੇ ਲਾਗੂ ਆ। ਇੱਕ ਸਾਡੇ MBBS ਡਾਕਟਰ ਸਾਹਿਬ ਆ, ਉਹ ਮਤਲਬ ਕਿ ਵੀ ਸਿਵਲ ਸਰਜਨ ਜੇ ਇੱਥੇ ਆਪਣੇ ਵਿਨੋਦ ਜੀ, ਉਹ ਇਕੱਲੇ ਹੀ ਡਿਊਟੀ ਆਉਂਦੇ ਆ, ਕੋਈ ਉਹਨਾਂ ਦੂਜੇ ਡਾਕਟਰਾਂ ਨਾਲ, ਚਲੋ ਮੈਂ ਨਹੀਂ ਚੈਨਲ ਅੱਗੇ ਨਹੀਂ ਬੋਲ ਸਕਦਾ ਵੀ ਮਤਲਬ ਬੜੇ ਉਹਨਾਂ ਦੇ ਮਾੜੇ ਹਾਲਾਤ ਆ ਵੀ ਦੂਜੇ ਡਾਕਟਰਾਂ ਨੂੰ ਡੈਪੂਟੇਸ਼ਨ 'ਤੇ ਰੱਖ ਕੇ ਉਹਨਾਂ ਨੂੰ ਨਹੀਂ ਵੀ ਡੈਪੂਟੇਸ਼ਨ ਨਾਲ ਕਹਿਣਾ ਤੁਸੀਂ ਜਾਓ, ਕੋਈ ਗੱਲ ਨਹੀਂ ਮੈਂ ਇਕੱਲਾ ਹੀ ਹੋਸਪਿਟਲ ਸਾਂਭ ਲੂੰਗਾ। ਉਹਦੇ ਬੱਲੇ ਮੈਂ ਬੜੀ ਲੜਾਈ ਕੀਤੀ, ਚਲੋ ਜਨਤਾ ਦਾ ਸੰਯੋਗ ਮੈਨੂੰ ਮੇਰੇ ਭੈਣ ਭਰਾਵਾਂ ਦਾ ਮਿਲਿਆ, ਅਸੀਂ ਉਹਨੂੰ ਡਾਕਟਰ ਨੂੰ ਘੇਰਿਆ, ਘੇਰ ਕੇ ਫਿਰ ਅਸੀਂ ਮਤਲਬ ਕਿ ਵੀ ਉਹਨੂੰ ਸਾਰੇ ਕੁਛ ਦਿਨ 'ਤੇ ਉਹਨੇ ਡਿਊਟੀ ਸਹੀ ਕੀਤੀ। MLA ਸਾਹਿਬ ਨੂੰ ਸੱਦਿਆ ਵੀ ਆ ਵੇਖੋ ਜੀ ਕੀ ਹਾਲਾਤ ਹੋ ਰਹੇ, ਜੇ ਰਾਤ ਨੂੰ ਕੋਈ ਐਮਰਜੈਂਸੀ ਆ ਜੇ ਕਮ ਸੇ ਕਮ ਬੰਦੇ 'ਤੇ ਪੱਟੀ ਕਰਨ ਵਾਲਾ ਤਾਂ ਹੋਣਾ ਚਾਹੀਦਾ ਵਾ। ਅਤੇ ਉੱਥੇ ਕੋਈ ਡਾਕਟਰ ਨਹੀਂ ਮਿਲਦੇ, ਉਹਨਾਂ ਮਹੀਨਾ 2 ਮਹੀਨੇ ਡਾਕਟਰ ਰੱਖੇ ਆ, ਉਸ ਤੋਂ ਬਾਅਦ ਕਿਸੇ ਨੇ ਫਿਰ ਧਿਆਨ ਨਹੀਂ ਦਿੱਤਾ, ਫਿਰ ਅੱਜ ਡਾਕਟਰ ਉੱਥੇ ਨਹੀਂ ਆ। ਅਤੇ ਮੇਰੀ ਸੋਚ ਇਹ ਕਿ ਜੇਕਰ ਮੈਂ ਸਰਪੰਚ ਬਣੂੰਗਾ ਤਾਂ ਸਭ ਤੋਂ ਪਹਿਲਾਂ ਪਿੰਡ ਦਾ ਮਤਾ ਬਣ ਪਾ ਕੇ ਅਤੇ ਡਾਕਟਰ ਨੂੰ ਬਦਲੀ ਕਰਕੇ ਚੰਗਾ ਡਾਕਟਰ ਲਿਆ ਕੇ ਜਿਹੜਾ ਸੂਝਵਾਨ ਵਧੀਆ ਹੋਵੇ, ਸੋਚ ਚੰਗੀ ਵਾਲਾ, ਜਿਹੜੇ ਇੱਥੇ ਪੂਰੇ ਡਾਕਟਰ ਲਿਆਵੇ। ਕਿਉਂਕਿ ਸਾਡਾ ਹੋਸਪਿਟਲ ਡਿਸਪੈਂਸਰੀ ਹੈ, ਪਹਿਲਾਂ ਇਹ ਅਕਾਲੀ ਸਰਕਾਰ ਦੇ ਵੇਲੇ ਹੋਸਪਿਟਲ ਸੀ, ਪਰ ਅੱਜ ਇਹ ਡਿਸਪੈਂਸਰੀ ਬਣ ਚੁੱਕੀ, ਜਿਹੜਾ ਅਸਲੀ ਹੋਸਪਿਟਲ ਉਹ ਬਬਕਾਲਾ ਸਾਹਿਬ ਚਲਾ ਗਿਆ। ਅਤੇ ਮੇਰੀ ਕੋਸ਼ਿਸ਼ ਇਹੀ ਹੋਊਗੀ ਕਿ ਜਦੋਂ ਵੀ ਮੈਂ ਸਰਪੰਚ ਬਣਿਆ ਸਭ ਤੋਂ ਪਹਿਲਾਂ ਮਤਾ ਪਾਸ ਕਰਕੇ ਇਹਨੂੰ ਹੋਸਪਿਟਲ ਬਣਾਊਂਗਾ ਦੁਬਾਰਾ। ਜੇ ਨਸ਼ੇ ਦੇ ਮੁੱਦੇ 'ਤੇ ਗੱਲ ਕਰੀਏ ਜੀ, ਆਪ ਜੀ ਨੇ ਸੋਸ਼ਲ ਮੀਡੀਆ 'ਤੇ ਦੇਖਿਆ ਹੋਣਾ ਅੱਜ ਕੱਲ੍ਹ ਨਸ਼ੇ ਦੀ ਲਪੇਟ ਵਿੱਚ ਆ ਕੇ ਬਹੁਤ ਮਾਵਾਂ ਦੇ ਪੁੱਤ ਮਾਰ ਰਹੇ ਨੇ, ਨਸ਼ੇ ਦੇ ਮੁੱਦੇ 'ਤੇ ਕੀ ਪੁਜੀਸ਼ਨ ਹੈ? ਨਸ਼ੇ ਦੇ ਮੁੱਦੇ 'ਚ ਵੇਖੋ ਜੀ, ਮੈਂ ਮੇਰੇ ਪਿੰਡ ਵਾਲੇ ਜਾਂ ਕਿਸੇ ਹੋਰ ਵਿਅਕਤੀ ਨੂੰ ਪੁੱਛੋਗੇ ਕਿ ਮੈਂ ਪਿੰਡ ਦੇ ਨਸ਼ੇ ਦੇ ਮੁੱਦੇ 'ਤੇ ਬੜਾ ਲੜਿਆ, ਸੋਸ਼ਲ ਮੀਡੀਆ 'ਤੇ ਮੈਂ ਪਾਉਂਦਾ ਰਿਹਾ ਨਸ਼ੇ ਬਾਰੇ ਕਿ ਵੇਖੋ ਜਿਨ੍ਹਾਂ ਦੇ ਪੁੱਤ ਮਰਦੇ, ਬਾਦਲ ਸਰਕਾਰ ਵੇਲੇ ਵੀ ਮੈਂ ਬੜਾ ਹੱਥ ਜੋੜੇ। ਅੱਜ ਵੀ ਮਤਲਬ ਕਿ ਵੀ ਮੈਂ ਨਸ਼ਾ ਤਰਸਿੱਕੇ ਦੇ ਵਿੱਚ ਜਿਹੜਾ 25% ਨਸ਼ਾ ਰਹਿ ਚੁੱਕਾ, 75% ਹੀ ਖਤਮ ਕਰ ਦਿੱਤਾ ਵਾ, ਉਹ ਵੀ ਦੁੱਖ ਦੱਸ ਦੱਸ ਕੇ। ਪੁਲਿਸ ਦਾ
ਸਾਡਾ ਕੋਈ ਵੀ ਵਰਕਰ, ਮੈਂ ਧੰਨਵਾਦ ਕਰਦਾ ਅਤਰ ਸਿੱਕੇ ਦੇ ਕਾਂਗਰਸੀ ਵਰਕਰਾਂ ਦਾ, ਵੀ ਜਦੋਂ ਵੀ ਸਾਡੇ ਕੋਈ ਫੜਿਆ ਜਾਂਦਾ ਸੀ ਉਹਦੀ ਅਸੀਂ ਮਤ ਨਹੀਂ ਕੀਤੀ। ਉੱਤੇ ਪਰਚਾ ਹੋ ਗਿਆ, ਅਸੀਂ ਉਹਨਾਂ ਦੇ ਘਰ ਦੱਸਿਆ ਕਿ ਤੁਹਾਡੀ ਮਤ ਨਹੀਂ ਕਰ ਸਕਦੇ ਕਿਉਂਕਿ ਅਸੀਂ ਨਸ਼ਾ ਖਤਮ ਕਰਨਾ। ਅਤਰ ਸਿੱਕੇ ਦੇ ਵਿੱਚੋਂ ਨਾ ਅਸੀਂ ਕਦੀ ਥਾਣੇ ਕੋਲ ਉਹਨਾਂ ਕੋਲ ਪੈ ਛਡਾਉਣ ਗਏ ਉਹਨਾਂ ਨੂੰ, ਮਾੜੇ ਮੋਟੇ ਝਗੜਿਆਂ ਦੇ, ਚਲੋ ਹੁੰਦਾ ਵਾ। ਅਤੇ ਅੱਜ ਦੇ ਨਸ਼ੇ ਦੀ ਗੱਲ ਇਹ ਆ ਵੀ ਸਾਡੇ ਪਿੰਡ ਚਲੋ ਸ਼ਰਾਬ ਜ਼ਰੂਰ ਵਿਕਦੀ, ਉਹ ਵੀ ਬੜਾ ਅਲਕੋਹਲ ਦਾ ਅਸੀਂ ਮਤਲਬ ਸਕੰਜਾ ਕੱਸਿਆ ਹੈਗਾ, ਅਤੇ ਜੇ ਸਕੰਜਾ ਕੱਸਣ ਦਾ ਤਾਂ ਹੀ ਫਾਇਦਾ ਸੀ ਜੇ ਸਾਡੇ ਪਿੰਡ ਵਾਲੇ ਪੀਣ ਵਾਲੇ ਛੱਡਣ, ਅਤੇ ਸਾਡੇ ਪਿੰਡ ਦੇ ਹੀ ਜਿਹੜੇ ਸੀ ਇਹ ਬਾਹਰਲੇ ਪਿੰਡਾਂ ਜਾਣ ਲੱਗ ਪਏ। ਉਹ ਫਿਰ ਮੇਰੇ ਕੋਲ ਵੀ ਆਏ ਵੀ ਤੂੰ ਤਾਂ ਨਸ਼ਾ ਬੰਦ ਕਰਾ ਦਿੱਤਾ ਵਾ, ਪਰ ਅਸੀਂ ਕਿਹੜੇ ਪਿੰਡਾਂ ਜਾਈਏ, ਅਸੀਂ ਤਾਂ ਸ਼ਾਮ ਨੂੰ ਥੱਕੇ ਟੁੱਟੇ ਆਉਂਦੇ ਹਾਂ। ਇਸ ਕਰਕੇ ਚਲੋ ਠੇਕੇ ਦੀ ਪੀਣੀ, ਸਰਕਾਰ ਅੱਗੇ ਵੀ ਮੈਂ ਇੱਕ ਵਾਰੀ ਸੋਸ਼ਲ ਮੀਡੀਆ 'ਤੇ ਪਾਇਆ ਕਿ ਸਰਕਾਰ ਅੱਗੇ ਬੇਨਤੀ ਕੀਤੀ ਸੀ ਵੀ ਵੇਖੋ ਕਮ ਸੇ ਕਮ ਜਿਹੜਾ 300 350 ਦੀ ਬੋਤਲ ਆ, 200-300 ਰੁਪਈਆ ਦਿਹਾੜੀ ਕਰਨ ਵਾਲਾ ਬੰਦਾ ਨਹੀਂ ਪੀ ਸਕਦਾ ਉਹ, ਜਾਂ ਤਾਂ ਇਹਨੂੰ ਸਸਤੀ ਕਰ ਲਓ ਜਾਂ ਅਲਕੋਹਲ ਜੇ ਬੰਦ ਕਰਾਉਣੀ ਤਾਂ ਚਲੋ। ਮੈਨੂੰ ਤਾਂ ਇੰਨਾ ਨਹੀਂ ਪਤਾ ਵੀ ਨਸ਼ਾ, ਹੁਣ ਨਸ਼ਾ ਹੋਰ ਤਾਂ ਨਸ਼ਾ ਨਹੀਂ ਹੈਗਾ, ਸਿਰਫ ਆ ਸ਼ਰਾਬ ਦਾ ਜ਼ਰੂਰ ਆ, ਬਾਕੀ ਕੋਈ ਨਸ਼ਾ ਨਹੀਂ। ਅਤੇ ਸ਼ਰਾਬ ਦਾ ਨਸ਼ਾ ਨਹੀਂ ਹੈ ਵੀ ਕਿਦੋਂ ਨਾਮ ਹੀ ਮਿਲੇ, ਜਿਹੜਾ ਸਾਨੂੰ 700-800 ਦਾ ਨਸ਼ਾ 1000 ਰੁਪਈਏ ਦਾ ਕੁਕਿੰਗ ਜਾਂ ਹੀਰੋਇਨ ਦਾ ਡਰੱਗਸ ਦਾ ਲਾ ਲਓ, ਉਹ ਸਾਡੇ ਖਤਮ ਹੋ ਚੁੱਕਾ, ਉਹ ਨਹੀਂ ਨਸ਼ਾ ਹੈਗਾ ਸਿੱਕੇ ਦੇ ਵਿੱਚ। ਲਾਸਟ ਕੁਐਸਚਨ ਮੇਰਾ ਸਰਦਾਰ ਜੀ, ਆਪ ਜੀ ਆਪਦੇ ਪਿੰਡ ਦੇ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਆਪਦੇ ਪਿੰਡ ਦੇ ਵੋਟਰਾਂ ਨੂੰ ਸੰਦੇਸ਼ ਇਹੀ ਦੇਣਾ ਚਾਹੂੰਗਾ ਕਿ ਵੇਖੋ ਜੀ, ਜੇ ਕੋਈ ਤੁਹਾਨੂੰ ਮੇਰੇ ਤੋਂ ਵਧੀਆ ਚੰਗਾ ਲੱਗਦਾ ਬੰਦਾ ਕਿ ਜਿਹੜਾ ਫੌਜੀ ਤੋਂ ਵੀ ਉੱਤੇ ਬਲਵਿੰਦਰ ਸਿੰਘ ਤੋਂ ਉੱਤੇ ਕੋਈ ਆਉਂਦਾ ਚੰਗਾ, ਤਾਂ ਤੁਸੀਂ ਉਹਨੂੰ ਚੁਣੋ। ਜੇਕਰ ਤੁਹਾਨੂੰ ਮੇਰੇ ਪਿਛਲੇ ਕੰਮਾਂ ਕੀਤਿਆਂ 'ਤੇ ਭਰੋਸਾ ਵਾ ਅਤੇ ਮੇਰੇ 'ਤੇ ਭਰੋਸਾ ਰੱਖੋ, ਵੋਟ ਪਾਓ। ਤੁਸੀਂ ਮੇਰਾ ਤੁਹਾਡੇ ਨਾਲ ਵਾਅਦਾ ਹੋ ਗਿਆ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ, ਜਿੱਦਾਂ ਅੱਜ ਸਾਡੇ ਸਕੂਲਾਂ ਦੇ ਵਿੱਚ ਬਹੁਤ ਸਮੱਸਿਆ, ਜਾ ਕੇ ਵੇਖੋ ਪਾਣੀ ਵਾਲਾ, ਪਾਣੀ ਦਾ ਸਿਸਟਮ ਨਹੀਂ ਆ, ਆਉਣ ਵਾਲੇ ਸਮੇਂ 4 ਲਵਾ ਕੇ ਦਊਂਗਾ ਉੱਥੇ। ਮੈਂ ਸਰਕਾਰ ਦਾ ਫੰਡ ਬਹੁਤ ਆਉਂਦਾ, ਇਹ ਨਹੀਂ ਫੰਡ, ਬੜੇ ਤਰ੍ਹਾਂ ਦੇ ਫੰਡ ਆਉਂਦੇ ਆ, ਨਾਲੀਆਂ ਤੱਕ ਫੰਡ ਆਉਂਦੇ, ਜਿਹੜੇ ਨਾਲੀਆਂ ਹੀ ਸਾਫ਼ ਕਰਦੇ ਹਾਂ ਸਾਡੇ, ਫਿਰ ਪੰਚਾਇਤ ਘਰਾਂ ਦੇ ਫੰਡ ਆਉਂਦੇ ਆ। ਉਹ ਵੇਖੋ ਜੀ, ਮੇਰੇ ਤਾਂ ਇਹੋ ਹੀ ਵੋਟਰਾਂ ਨੂੰ ਇਹੋ ਬੇਨਤੀ ਆ ਕਿ ਵੇਖੋ, ਜਦੋਂ ਮੈਂ ਸਰਪੰਚ ਬਣ ਗਿਆ, ਇੱਕ ਇਹੋ ਜੀ ਮੈਂ ਕਮੇਟੀ ਤਿਆਰ ਕਰੂੰਗਾ 12 ਮੈਂਬਰੀ, ਜਿਹੜੀ ਕਿ ਪੁੱਛਣ ਵਾਲੀ ਬਣੂਗੀ ਮੈਨੂੰ ਮਤਾ ਪਾ ਕੇ ਕਿ ਭਾਈ ਜੇ ਤੁਸੀਂ ਜੋ ਜੋ ਪੈਸਾ ਆ ਸਾਨੂੰ ਦੱਸੋ, ਉਹਨਾਂ ਦੱਸੂਗਾ ਕਿ ਭਾਈ ਆ ਵੇਖੋ ਜੋ ਗਲੀਆਂ ਦਾ ਜਾਂ ਨਾਲੀਆਂ ਦਾ ਜਾਂ ਵਿਕਾਸ ਕੋਈ ਅਸੀਂ ਹੋਸਪਿਟਲ ਦਾ ਜਾਂ ਮੰਨ ਲਓ ਇਹਦਾ ਕਰਨਾ, ਅਤੇ ਉਹ ਤਰੀਕੇ ਨਾਲ ਸਾਰਿਆਂ ਨੂੰ ਮਿਲ ਕੇ ਕਰਾਂਗੇ ਕਿਉਂ ਜੇ ਮੇਰਾ ਸਾਥ ਦੇਣਗੇ। ਅਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ, ਇਹ ਸੀ ਸਰਦਾਰ ਬਲਵਿੰਦਰ ਸਿੰਘ ਜਿਨ੍ਹਾਂ ਨੇ ਅਸੀਂ ਤੁਹਾਡੀ ਗੱਲਬਾਤ ਕਰਾਈ ਆ, ਅਤੇ ਬਹੁਤ ਸਾਰੇ ਮੁੱਦੇ ਨੇ ਪਿੰਡ ਪ੍ਰਤੀ, ਅਤੇ ਅੱਜ ਅਸੀਂ ਆਪਣੇ ਕੈਮਰੇ ਦੇ ਮਾਧਿਅਮ ਰਾਹੀਂ ਪੂਰੀ ਟੀਮ ਵੱਲੋਂ ਇਹੀ ਦੁਆ ਕਰਦੇ ਹਾਂ ਕਿ ਤੁਸੀਂ ਸਰਦਾਰ ਬਲਵਿੰਦਰ ਸਿੰਘ ਨੂੰ ਵੋਟਾਂ ਪਾ ਕੇ ਜ਼ਰੂਰ ਕਾਮਯਾਬ ਕਰਿਓ, ਕਿਉਂਕਿ ਬਹੁਤ ਵਧੀਆ ਮੁੱਦੇ ਜਿਹੜੇ ਗਿਣਾਏ ਨੇ। ਅਤੇ ਹੋਸਪਿਟਲ ਦਾ ਬਹੁਤ ਬੁਰਾ ਹਾਲ ਹੈ, ਡਿਸਪੈਂਸਰੀ, ਪਸ਼ੂਆਂ ਦਾ ਹਸਪਤਾਲ, ਗਲੀਆਂ ਨਾਲੀਆਂ, ਅਤੇ ਨਸ਼ੇ ਨੂੰ ਵੀ ਠੱਲ ਜਿਹੜੀ ਪਹਿਲਾਂ ਤੋਂ ਹੀ ਇਹ ਪਾ ਚੁੱਕੇ ਆ, ਅਤੇ ਇਸ ਕਰਕੇ ਸਰਦਾਰ ਬਲਵਿੰਦਰ ਸਿੰਘ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ। ਅਤੇ ਹੁਣ ਤੁਹਾਡੀ ਅਸੀਂ ਕਿਸੇ ਨਵੇਂ ਕੈਂਡੀਡੇਟ ਨਾਲ ਜਿਹੜੀ ਗੱਲਬਾਤ ਆ ਬਿਲਕੁਲ ਜਾਰੀ ਰੱਖਾਂਗੇ। ਮੈਨੂੰ ਦਿਓ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।